ਇਹ ਆ ਕਿ ਉਹ ਪਹਿਲਾਂ ਇੱਥੇ ਪਰ ਇਹਦੇ ਵਿੱਚ ਤਾਸ਼ ਤੋਂ ਬੰਦੇ ਬੰਦੇ ਝਗੜ ਪਏ ਆ, ਬੰਦੇ ਬੰਦੇ ਝਗੜ ਪਏ ਅਤੇ ਉਸ ਤੋਂ ਬਾਅਦ ਆਏ ਕਿ ਮੇਰੇ ਘਰ ਹਮਲਾ ਕਰਨ ਆ ਚੁੱਕੇ ਆ, ਮੇਰੇ ਘਰ ਹਮਲਾ ਆ ਚੁੱਕੇ ਆ, ਮੇਰੇ ਆ ਕੇ ਤਿੰਨ ਜਾਣੇ ਮੇਰੇ ਗਲ ਪੈ ਗਏ ਨੇ, ਮੇਰੇ ਆ ਕੱਪੜੇ ਕੁਪੜੇ ਆ ਵੇਖੋ ਸਾਰੇ ਪਾੜ ਦਿੱਤੇ ਨੇ। ਉਸ ਤੋਂ ਬਾਅਦ ਆ ਇਹਨਾਂ ਨੇ ਤਿੰਨ 50 ਜੀ 50-60 ਜੀ ਸੀ ਜਿਹੜੇ ਆ ਕੇ ਕੋਠੇ ਦੇ ਉੱਤੇ ਚੜ੍ਹ ਚੁੱਕੇ। ਉਹ ਤੋਂ ਬਾਅਦ ਉਹਨਾਂ ਨੇ ਇੱਕ ਹੀ ਬਰਛਾ, ਇੱਕ ਕੋਲ ਬਰਛਾ ਸੀਗਾ, ਇੱਕ ਕੋਲ ਦਾਤਰ ਸੀਗਾ, ਉਹਨਾਂ ਨੇ ਛੱਤ ਢਾਉਣੀ ਸ਼ੁਰੂ ਕਰ ਦਿੱਤੀ, ਨਾਲ ਉਹਨਾਂ 50-60 ਹੋਰ ਵੀ ਚੜ੍ਹਾ ਕਰਤੇ। ਫਿਰ ਮੇਰੇ ਘਰ ਵਾਲਾ ਕੋਠੇ ਉੱਤੇ ਚੜ੍ਹਿਆ, ਫਿਰ ਉਹਨੇ ਇੱਟ ਮਾਰੀ, ਜਦੋਂ ਮੇਰੀ ਇੱਜ਼ਤ ਨੂੰ ਆਣ ਪਏ ਨੇ। ਬਾਹਰ ਵੇਖ ਲਓ, ਡਿੱਛਾ ਡੁੱਛਾ ਸਾਰਾ ਕੁਛ ਬਾਹਰ ਟੁੱਟਾ ਪਿਆ ਵਾ, ਟੀਵੀ ਟੁੱਟਾ, ਫਰਿੱਜ ਟੁੱਟੀ ਆ, ਫਿਰ ਕੀ ਨਾ ਲੈਂਦੇ ਆ ਸਿਲੰਡਰ ਸਲੁੰਡਰ ਸਾਰਾ ਕੁਛ ਤੋੜ ਤੋੜ ਭੰਨ ਕੀਤੀ ਆ ਨਾ ਪੂਰੀ ਮੇਰੀ, ਨਾ ਸਾਡੀ ਕਿਸੇ ਨੇ ਕਾਰਵਾਈ ਨਹੀਂ ਕੀਤੀ। ਡੀ ਸੀ ਦਫ਼ਤਰ ਵੀ ਗਏ ਸੀ ਅਸੀਂ, ਸਾਡੀ ਕਿਸੇ ਨੇ ਕਾਰਵਾਈ ਨਹੀਂ ਕੀਤੀ। ਮੰਗ ਇਹ ਕਰਦੇ ਆ ਵੀ ਜਿਹੜਾ ਸਾਡਾ ਇੰਨੀ ਭੱਜ ਤੋੜ ਭੱਜ ਹੋਈ ਆ, ਇਹਦਾ ਕੁਛ ਨਾ ਕੁਛ ਭਾਅ ਜੀ। ਚਲੋ ਅਸੀਂ ਤੇ ਪਿੰਡ ਦੇ ਮੋਹਤ ਬਾਰੇ ਮੇਰੇ ਘਰੇ ਭੱਜ ਭੱਜ ਕੇ ਜਾਂਦੇ ਰਹੇ ਆ, ਇਹਨਾਂ ਨੂੰ ਜਦੋਂ ਭਜਾਇਆ ਮੈਂ ਤੇ ਪਹਿਲਾਂ ਹੈਗਾ ਨੀ, ਮੁੜ ਕੇ ਮੈਂ ਆ ਗਿਆ, ਰਾਤ ਸਾਰਾ ਟੱਬਰ ਹੀ ਮੇਰੇ ਘਰੇ ਚੱਲ ਗਿਆ ਵੀ ਅਸੀਂ ਮਾਰੇ ਗਏ ਲੁੱਟੇ ਗਏ, ਸਾਨੂੰ ਇਹਨਾਂ ਘਰੋਂ ਕੱਢਤਾ ਇਹਨਾਂ ਇੱਥੇ ਮੁੜ ਕੇ ਦੂਜਾ ਇਹਨਾਂ ਬੇਚਾਰਾ ਜ਼ੋਰ ਲਾਇਆ ਤੇ ਵੀ ਗੱਲ ਤੇ ਤਾਸ਼ ਤੋਂ ਹੋ ਗਈ ਮਾੜੀ ਜਿਹੀ ਗੱਲ ਤੋਂ ਹੀ, ਉਹਨਾਂ ਛੱਡੀ ਨਹੀਂ, ਉਹਨਾਂ ਤਾਸ਼ ਤੋਂ ਉਹ ਪਰੇ ਸਾਂਝੀ ਹੈ, ਜਿਹੜਾ ਮਰਜ਼ੀ ਖਲੋ ਸਕਦਾ ਉੱਥੇ, ਅਤੇ ਇਹਨਾਂ ਨੇ ਉਹ ਆਉਂਦੇ ਅਸੀਂ ਤੁਹਾਨੂੰ ਖਲੋਣ ਨਹੀਂ ਲੈਣਾ, ਗੱਲ ਆਹ ਲੜਾਈ ਪਈ ਅਤੇ ਇਹਨਾਂ ਗਰੀਬਾਂ ਦਾ ਭੰਨਤੋੜੀ ਜਾਰੀ ਕਰਤੀ ਇਹਨਾਂ। ਮੈਂ ਤਾਂ ਜੋ ਇਹਨਾਂ ਨੂੰ ਹੱਕ ਆਇਆ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਇਹਨਾਂ ਬੰਦਿਆਂ ਦਾ, ਇਹਨਾਂ ਨੂੰ ਪਤਾ ਲੱਗ ਜਾਵੇ ਵੀ ਠੀਕ ਹੈ ਪਗਾਨੇ ਘਰ ਕਿਸ ਤਰ੍ਹਾਂ ਪਈਦਾ ਹੈ। ਹਾਂਜੀ ਨਹੀਂ ਆ ਸੁੱਖੋ, ਉਹਨੇ ਦਰਖਾਸਤ ਦਿੱਤੀ, ਹੀਰਾ ਸਿੰਘ ਦੀ ਪਤਨੀ ਹੈ, ਉਹਨੇ ਕਿਹਾ ਸੀ ਵੀ ਇਹ ਮੇਰੇ ਘਰ ਦੇ ਆ ਜਿਹੜਾ ਆਣ ਕੇ ਭੰਨਤੋੜ ਕੀਤੀ ਆ, ਬਗੀਚਾ ਸਿੰਘ ਅਤੇ ਲੜਕੇ ਆ ਪਰਮਜੀਤ ਸਿੰਘ, ਅਤੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ, ਸੀਨੀਅਰ ਅਫਸਰ ਵੀ ਉੱਥੇ ਆਏ, ਡਿਪਟੀ ਸਾਹਿਬ ਗਏ ਸੀ, SHO ਸਾਹਿਬ ਗਏ ਸੀ, ਅਸੀਂ ਹੁਣ ਫਿਰ ਗਏ ਸੀ, ਅਤੇ ਅਜੇ ਉਹ ਮੁੰਡਾ ਪਰਮਜੀਤ ਸਿੰਘ ਦੇ ਸੱਟ ਲੱਗੀ, ਉਹ ਹਸਪਤਾਲ ਦਾਖਲ ਆ, ਜੋ ਕਾਰਵਾਈ ਬਣਦੀ ਅਗਲੀ ਉਹ ਕਰਾਂਗੇ। ਕੱਪੜੇ ਪਾੜਦਾ ਤਾਂ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਜੀ, ਅਤੇ ਕੋਈ ਮਕਾਨ ਦੇ ਇੱਟਾਂ ਉੱਟਾਈਆਂ ਖੇੜੀਆਂ ਉਹ ਸਾਹਮਣੇ ਆਈਆਂ ਵੇਖ ਕੇ ਆਏ ਸਾਰੇ, ਬਾਕੀ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ, ਜੋ ਵੀ ਸਾਹਮਣੇ ਆਇਆ ਤਾਂ ਉਹ ਵੀ ਕਾਰਵਾਈ ਹੋਊਗੀ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।